ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਆਪਣੀ ਯਾਦ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਇਹ ਉਹਨਾਂ ਦੀ ਹੀ ਯਾਦ ਹੈ ਜਿਹੜੇ ਅੱਜ ਆਪਾਂ ਭੁੱਲੀ ਭਟਕੀ ਦੁਨੀਆਂ ਦੇ ਵਿੱਚ ਉਸ ਪਰਮਾਤਮਾ ਪ੍ਰਭੂ ਦੀ ਯਾਦ ਵਿੱਚ ਬੈਠ ਰਹੇ ਹਾਂ। ਸਭ ਸੰਤਾਂ ਦਾ ਇੱਕੋ ਹੀ ਹੋਕਾ ਹੁੰਦਾ ਹੈ ਕਿ ਅਗਰ ਭਾਗਾਂ ਨਾਲ ਕੋਈ ਸੰਤ ਸਤਿਗੁਰੂ ਪੂਰਾ ਮਿਲ ਜਾਵੇ, ਉਹਦੇ ਨਾਲੋਂ ਉਹਦੇ ਨਾਲ ਸੱਚੇ ਦਿਲੋਂ ਤੁਸੀਂ ਪਿਆਰ ਕਰੋ, ਦੁਨੀਆਂ ਦਾ ਦੁਨੀਆਂ ਦੇ ਪਦਾਰਥਾਂ ਦਾ ਮੋਹ ਛੱਡ ਦਿਓ, ਮਨ ਇੰਦਰੀਆਂ ਦਾ ਸਾਥ ਛੱਡ ਦਿਓ, ਮਨ ਮਾਰਗ ਦਾ ਪੂਰੀ ਤਰ੍ਹਾਂ ਤਿਆਗ ਕਰ ਦਿਓ। ਤੁਸੀਂ ਆਪਣੇ ਗੁਰੂ ਨੂੰ ਨਾਲ ਲੈ ਕੇ ਅੰਦਰ ਚਲੇ ਜਾਓ, ਉਹ ਅੰਦਰ ਤੁਹਾਡੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦੇਣਗੇ। ਤੁਹਾਡਾ ਸੁਰਤ ਅੰਦਰੋਂ ਉੱਪਰ ਜਾਣੀ ਸ਼ੁਰੂ ਹੋ ਜਾਏਗੀ, ਤੁਹਾਡੇ ਗਿੱਟੇ ਗੋਡੇ ਧੜ ਸੁੰਨ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡੀ ਸਾਰੀ ਚੇਤਨੀ ਸ਼ਤਿਆ ਜਿਹੜੀ ਹੈ ਉਹ ਤੀਸਰੇ ਤਿਲ ਵਿੱਚ ਇਕਾਗਰ ਹੋ ਜਾਏਗੀ। ਡਰੋ ਨਹੀਂ, ਤੁਸੀਂ ਬਾਹਰੋਂ ਖਿਆਲ ਨੂੰ ਹਟਾ ਕੇ ਬਾਹਰਲੀ ਬਿਲਕੁਲ ਯਾਦ ਨੂੰ ਭੁੱਲ ਕੇ ਅੰਦਰ ਚਲੇ ਜਾਓ। ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ, ਤੁਹਾਡੀ ਆਤਮਾ ਵਿੱਚ ਭੁੱਖ ਹੈ, ਉਹ ਸਭ ਤੁਹਾਨੂੰ ਤੁਹਾਡੇ ਅੰਦਰੋਂ ਹੀ ਮਿਲ ਜਾਣੀ ਹੈ। ਅੰਦਰ ਤੁਹਾਡਾ ਉਹ ਪਿਆਰਾ, ਉਹ ਸ਼ਬਦ ਰੂਪ ਗੁਰੂ ਤੁਹਾਡੀ ਇੰਤਜ਼ਾਰ ਵਿੱਚ ਤੁਹਾਡੇ ਨਾਲ ਕਿਤੇ ਵੱਧ ਬੈਠਾ ਹੈ। ਸੋ ਇਸ ਮੌਕੇ ਦਾ ਸਾਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ। ਅੱਖਾਂ ਬੰਦ ਕਰਕੇ ਆਪਣਾ ਸਿਮਰਨ ਸ਼ੁਰੂ ਕਰੋ।